ਚੈਂਪੀਅਨ ਗੋਲਟੋਕੀ ਕੈਸ਼ ਪ੍ਰਾਈਜ਼ ਤਰਾਉ ਗੋਜੋਸ ਸੈਂਟੀਗਾਰਡ ਸੰਜੀਤ ਕੋ 103 ਨੰਬਰ 41 ਜਗਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰੁਣ ਪਟ ਅੱਜ ਅਸੀਂ ਤੁਹਾਨੂੰ ਇੱਕ ਅਜਹੀ ਐਥਲੀਟ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਪ੍ਰੇਰਿਤ ਹੋਵੋਗੇ ਮੋਟੀਵੇਟ ਹੋਵੋਗੇ ਅਸੀਂ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੀ ਫੂਡ ਇਨਸਪੈਕਟਰ ਜੋ ਕਿ ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਵਿੱਚ ਤਾਇਨਾਤ ਹਨ ਹੈਗੇ ਉਹ ਸਰਕਾਰੀ ਮੁਲਾਜ਼ਮ ਲੇਕਿਨ ਉਹਨਾਂ ਨੂੰ ਸ਼ੌਂਕ ਹੈ ਬੋਡੀ ਬਿਲਡਿੰਗ ਦਾ ਸ਼ੌਂਕ ਕਿਵੇਂ ਪਿਆ ਤੇ ਕਿਵੇਂ ਇਹ ਜਨੂਨ ਸ਼ੌਂਕ ਦੇ ਵਿੱਚ ਬਦਲਿਆ ਤੇ ਕਿਵੇਂ ਇਹਨਾਂ ਨੇ 골ਡ ਮੈਡਲ ਜਿੱਤਿਆ ਤੇ ਕਿਵੇਂ ਇਹਨਾਂ ਨੇ ਸਖਤ ਮਿਹਨਤ ਕੀਤੀ ਤੇ ਹੁਣ ਇਹਨਾਂ ਦੇ ਅੱਗੇ ਕੀ ਗੋਲ ਹਨ ਸਾਡੇ ਨਾਲ ਜਗਬਾਣੀ ਦੇ ਸਟੂਡੀਓ ਦੇ ਵਿੱਚ ਰਜਨੀਤ ਕੋਰ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਰਜਨੀਤ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਤੁਹਾਨੂੰ ਕਿ ਸਰਕਾਰੀ ਆਫੀਸਰ ਨੂੰ ਤਾਂ ਵੈਸੇ ਸਮਾਂ ਨਹੀਂ ਹੁੰਦਾ ਫਾਈਲਾਂ ਬਹੁਤ ਹੁੰਦੀਆਂ ਨੇ ਲੋਡ ਬਹੁਤ ਹੁੰਦਾ ਇਹ ਸ਼ੌਂਕ ਕਿਵੇਂ ਪੈ ਗਿਆ ਤੁਹਾਨੂੰ ਮੈਂ ਅੱਜ ਤੋਂ 5 ਸਾਲ ਪਹਿਲਾਂ ਜਿਮ ਜੁਆਇਨ ਕੀਤਾ ਸੀ ਸਿਰਫ ਪਤਲੇ ਓਨਲੀ ਨਾਰਮਲ ਕੁੜੀਆਂ ਵਾਂਗੂ ਕਿਉਂਕਿ ਮੇਰੀ ਬੇਟੀ 5 1/2 ਇਅਰਸ ਦੀ ਹੈ ਤੇ ਮੈਂ ਸਿਰਫ ਉਹ ਡਿਲੀਵਰੀ ਤੋਂ ਬਾਅਦ ਵਾਲਾ ਆਪਣਾ weight reduce ਕਰਨਾ ਸੀ ਜਦੋਂ ਹੌਲੀ 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 ਜਿਮ ਸਿੱਖਦ ਚੀਜ਼ਾਂ ਦੇਖਨੇ ਸ਼ੁਰੂ ਕੀਤੀਆਂ ਐਕਸਰਸਾਈਜ਼ਸ ਦਾ ਪਤਾ ਲੱਗਣ ਲੱਗਿਆ weight training start ਕੀਤੀ ਤਾਂ ਮੈਨੂੰ weight training ਬਹੁਤ ਇੰਟਰਸਟਿੰਗ ਹੁੰਦੀ ਸੀ ਫਿਰ ਇੱਕ ਦਿਨ ਆਈ ਮੈਟ ਸਮਬਡੀ ਤੇ ਉਹ ਮੇਨੂੰ ਟ੍ਰੇਨਰ ਸੀਗੇ ਤਾਂ ਹੀ ਟੋਲਡ ਮੀ ਕਿ ਤੁਹਾਡੀ ਫਾਰਮ ਬਹੁਤ ਅੱਛੀ ਹੈ ਤੁਸੀਂ weight ਅੱਛਾ ਚੁੱਕ ਲੈਂਦੇ ਹੋ ਤਾਂ ਸਟਾਰਟ ਲਿਫਟਿੰਗ ਹੈਵੀ weight ਤੁਹਾਡਾ ਅੱਛਾ ਮਸਲ ਗੇਨ ਹੋਏਗਾ ਤੁਸੀਂ ਅੱਛੇ ਐਥਲੀਟ ਫਾਰਮਸ ਚ ਜਾ ਸਕਦੇ ਹੋ

ਮਤਲਬ ਤੁਸੀਂ ਜਿਮ ਜੁਆਇਨ ਕੀਤਾ ਸੀਗਾ ਜਸਟ ਫਿੱਟ ਹੋਣ ਦੇ ਲਈ ਜਸਟ ਪਤਲੇ 온ਲੀ ਆਫਟਰ ਬੇਬੀ ਯੈਸ ਤੇ ਮਤਲਬ ਇਹ ਜਨੂਨ ਕਦੋਂ ਬਣ ਗਿਆ ਤੁਹਾਨੂੰ ਵੀ ਨਹੀਂ ਪਤਾ ਚੱਲਿਆ ਜਾਂ ਜਿਹੜਾ ਆਲੇ ਦੁਆਲੇ ਵਾਲਾ ਸਰਕਲ ਸੀ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਕਰੋ ਨਹੀਂ ਮੇਰੇ ਆਲੇ ਦੁਆਲੇ ਕੋਈ ਵੀ ਨਹੀਂ ਹੈ ਸਭ ਪੂਰੇ ਫੁੱਲ ਟਾਈਮ ਫੂਡੀ ਨੇ ਕਿਸੇ ਨੇ ਐਕਸਰਸਾਈਜ਼ ਨਹੀਂ ਕਰਨੀ ਕੋਈ ਸਵੇਰੇ ਨਹੀਂ ਉੱਠ ਕੇ ਵਾਕ ਤੱਕ ਤੇ ਨਹੀਂ ਜਾਂਦਾ ਮੈਂ ਸਭ ਨੂੰ ਮੋਟੀਵੇਟ ਕਰਦੀ ਆ ਕੋਈ ਕੁਝ ਨਹੀਂ ਕਰਦਾ ਮੇਰੇ ਆਲੇ ਦੁਆਲੇ ਉਹ ਸਿਰਫ ਜਦੋਂ ਮੈਂ weight training start ਕੀਤੀ ਤਾਂ ਮੈਨੂੰ weight training ਬਹੁਤ ਇੰਟਰਸਟ ਕਰਦੀ ਹੁੰਦੀ ਸੀ ਕਿ ਅੱਜ ਤੁਸੀਂ 10 ਕਿਲੋ ਚੱਕਿਆ ਆਪਣੇ ਆਪ ਨੂੰ ਚੈਲੰਜ ਕਰੋ ਕੱਲ 15 ਕਿਲੋ ਚੱਕੋ 20 ਕਿਲੋ ਚੱਕੋ ਐਂਡ ਹੈਵੀ ਲਿਫਟਿੰਗ ਨਾਲ ਮਸਲਸ ਆਪੇ ਗੇਨ ਹੋਣੇ ਸ਼ੁਰੂ ਹੋਏ ਤਾਂ ਉਹ ਦਿਖਣ ਲੱਗੇ ਅੱਛੇ ਲੱਗਣ ਲੱਗੇ ਤੁਸੀਂ ਖੁਦ ਫੂਡ ਇਨਸਪੈਕਟਰ ਹੈਗੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਆਲੇ ਦੁਆਲੇ ਕੋਈ ਵੀ ਸਪੋਰਟਸ ਜਾਂ ਬੋਡੀ ਬਿਲਡਿੰਗ ਤੋਂ ਤਾਂ ਦੂਰ ਜਿਮ ਵੀ ਨਹੀਂ ਜਾਂਦਾ ਹੈਗਾ ਕੋਈ ਵੀ ਪਰ ਹੁਣ ਜਿਸ ਤਰੀਕੇ ਨਾਲ ਤੁਹਾਨੂੰ 골ਡ ਮੈਡਲ ਮਿਲਿਆ ਹੈਗਾ ਆਫਿਸ ਦੇ ਵਿੱਚ ਐਪਰੀਸ਼ੀਏਟ ਵੀ ਕੀਤਾ ਹੋਵੇਗਾ ਤੁਹਾਨੂੰ ਕਿੰਨੇ ਕੁ ਲੋਕ ਤੁਹਾਡੇ ਨੂੰ ਦੇਖ ਕੇ ਜਾਂ ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ ਕਿ ਸਾਨੂੰ ਵੀ ਜਿਮ ਜੁਆਇਨ ਕਰਾਓ ਜਾਂ ਅਸੀਂ ਵੀ ਇਹ ਚੀਜ਼ ਬਾਰੇ ਸੋਚ ਰਹੇ ਹਾਂ ਕੁਝ ਹੋਰ ਵੀ ਲੇਡੀਜ਼ ਤੁਹਾਡੇ ਨਾਲ ਐਸੋਸੀਏਟ ਜਾਂ ਅਟੈਚ ਹੋਈਆਂ ਨੇ ਕਿ ਅਸੀਂ ਵੀ ਕਰਨਾ ਲੇਡੀਜ਼ ਦੇ ਨਾਲ ਬਹੁਤ ਹੋਈਆਂ ਮੇਰੀ ਫਰੈਂਡਸ ਉਹਨਾਂ ਦੇ ਅੱਗੇ ਆਫਿਸਿਸ ਦੇ ਫਰੈਂਡ ਸੀਗੇ ਜਦੋਂ ਡਿਸਕਸ ਕਰਦੇ ਆ ਕਈ ਲੋਕਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਤੁਸੀਂ ਗਰੁੱਪਸ ਬਣਾਓ ਫੀਮੇਲਸ ਦੇ ਕਿਉਂਕਿ ਫੀਮੇਲਸ ਜਿਮ ਜਾਣ ਤੋਂ ਬਹੁਤ ਡਰਦੀਆਂ ਉਥਿਆਂ ਨੂੰ ਮੀਲਸ ਬਹੁਤ ਕੌਨਸ਼ੀਅਸ ਫੀਲ ਕਰਵਾਂਦੇ ਆ ਤੁਸੀਂ ਵਰਕਆਊਟ ਕਰਦੇ ਹੋ ਮੋٹے ਹੋਨੇ ਹੋ ਤਾਂ ਬਹੁਤ ਕੰਫਰਟੇਬਲ ਫੀਲ ਨਹੀਂ ਕਰਦੇ ਜਿਮ ਐਟਮਾਸਫੇਅਰ ਚ ਉਹਦੇ ਚਾ ਉਹ ਚਾਹੁੰਦੇ ਆ ਵੀ ਤੁਸੀਂ ਗਰੁੱਪ ਕ੍ਰੀਏਟ ਕਰੋ ਸਾਨੂੰ ਆਨਲਾਈਨ ਟ੍ਰੇਨ ਕਰਦਿਆ ਕਰੋ ਸਾਨੂੰ ਹੈਲਪ ਕਰ ਦੋ ਤਾਂ ਇਦਾਂ ਦੀ ਬਹੁਤ ਲੇਡੀਜ਼ ਮੇਨਾਂ ਕਨੈਕਟ ਕੀ ਚੰਡੀਗੜ੍ਹ ਦੇ ਵਿੱਚ ਵੀ ਇਹ ਜਿਹੇ ਪ੍ਰੋਬਲਮਸ ਹੈਗੀਆਂ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜਿਮਸ ਦੇ ਵਿੱਚ ਪਰ ਅੱਜਕੱਲ ਤਾਂ ਓਪਨ ਜਿਮ ਹਰ ਕੋਈ ਜਾਂਦਾ ਹੈਗਾ ਕੋਈ ਜੀ ਤੁਸੀਂ ਪਤਲੇ ਹੋ ਤੇ ਤੁਸੀਂ ਅੱچھے ਕੱਪੜੇ ਪਾ ਕੇ ਜਿਮ ਜਾ ਸਕਦੇ ਹੋ बहुत हो लमिया टी शर्टा पजामे पाके जा रहे हो लोग तो लोग तो दे दे, दे तो नहीं कितना पर हाँ जरूर वर्कआउट करते हो तो मुंडे बैठ के हाँ वर्कआउट कर रहे हैं या इदा दे लग रहे हैं क्योंकि है, थोड़ा जा वेट पुट ऑन करते होल् थोड़े फनी लगते भी हो वर्कआउट करते हो ਤੁਹਾਡੇ ਤੋਂ ਹੋ ਵੀ ਨਹੀਂ ਰਿਹਾ ਹੁੰਦਾ ਹੁਣ ਮੈਂ ਇਸ ਟਾਈਮ ਪੁਸ਼-ਅਪਸ ਕਰਾਂਗੀ ਮੈਂ 15 ਤੋਂ 20 50 ਕਰ ਲਾਂਗੀ ਤੁਹਾਨੂੰ ਕੋਈ ਮੈਨੂੰ ਦੇਖੇਗਾ ਨਹੀਂ ਉਹ ਐਪਰੀਸ਼ੀਏਟਿੰਗ ਤਰੀਕੇ ਨਾਲ ਦੇਖ ਰਿਹਾ ਹੋਏਗਾ ਮੈਨੂੰ ਲੱਗੇਗਾ ਅਗਰ ਦੇਖ ਰਿਹਾ ਪਰ ਜੇ ਮੈਂ ਬਹੁਤ ਸਟਰਗਲ ਕਰ ਰਹੀ ਹਾਂ ਪੁਸ਼-ਅਪਸ ਕਰ ਰਾਂਚ ਜੰਪਿੰਗ ਜੈਕਸ ਕਰ ਰਾਂਚ ਮੈਨੂੰ ਲੱਗੇਗਾ ਕਿਉਂ ਮੇਰੀ ਮੈਨੂੰ ਦੇਖ ਰਿਹਾ ਕਿਉਂ ਮੇਰੀ ਇਨਸਲਟ ਕਰ ਰਿਹਾ ਹੈ ਜਾਂ ਮੇਰੇ ਬਾਰੇ ਕੁਝ ਮਜ਼ਾਕ ਬਣਾ ਰਿਹਾ ਜਾਂ ਕੁਝ ਕਰ ਰਹੇ ਨੇ ਉਹ ਹਲੇ ਵੀ ਹੈ ਲੈਡੀਸ ਇਹ ਜਿਹੜਾ ਤੁਹਾਡਾ 골ਡ ਮੈਡਲ ਆਇਆ ਹੈ ਕਿੰਨੇ uh, weight ਦੇ ਵਿੱਚ ਤੁਸੀਂ ਖੇਡੇ ਆ ਇਹ ਤੇ ਕਿੰਨੇ ਤੁਹਾਡੇ ਕੰਪੀਟੀਟਰ ਕਿੰਨੇ ਸੀਗੇ ਇਹ ਤੇ ਕਿੱਥੇ ਹੋਇਆ ਇਹ ਕੰਪੀਟੀਸ਼ਨ ਕੰਪੀਟੀਸ਼ਨ ਐਸਡੀ ਕਾਲਜ 32 82 ਸੀ ਤੇ ਇਹ ਫੀਮੇਲ ਦੀ ਓਪਨ ਕੈਟਾਗਰੀ ਸੀਗੀ weight ਕੈਟਾਗਰੀ ਨਹੀਂ ਸੀ ਇਹਨਾਂ ਨੇ ਰੱਖੀ ਹੋਈ ਤੇ 6 ਕੰਪੀਟੀਟਰ ਸੀਗੇ ਜਿਸ ਚੋਂ ਤਿੰਨ ਕੰਪੀਟੀਟਰ ਜੋ ਸੀਗੇ ਉਹ ਦੇ ਵਰ ਵੈਰੀ ਪ੍ਰੋਫੈਸ਼ਨਲ ਮੈਨੂੰ ਪੁੱਛਿਆ ਤਾਂ ਦੇ ਟੋਲਡ ਮੀ ਕਿ ਉਹ ਪਿਛਲੇ 3-4 ਸਾਲਾਂ ਤੋਂ ਕੰਪੀਟ ਕਰ ਰਹੇ ਸੀ ਓਕੇ ਤੇ ਤੁਸੀਂ ਮੇਰਾ ਫਰਸਟ ਟਾਈਮ ਸੀਗਾ ਇਹ ਵਾਲਾ ਕੰਪੀਟੀਸ਼ਨ वैसे मेरा सेकंड कंपटीशन ਸੀ ਬਟ ਆਈਬੀਬ ਆਈਬੀਬੀਐਫ ਦਾ ਮੇਰਾ ਫਰਸਟ ਕੰਪੀਟੀਸ਼ਨ ਸੀਗਾ ਓਕੇ ਤੇ ਤੁਸੀਂ ਇਹਦੇ ਲਈ ਕੋਚਿੰਗ ਵਗੈਰਾ ਵੀ ਲੈ ਰਹੇ ਸੀ ਜਾਂ ਜਸਟ ਆਪਣੇ ਬਿਹਾਫ ਤੇ ਤੁਸੀਂ ਕਰ ਰਹੇ ਸੀ ਨਹੀਂ ਮੈਂ ਪਿਛਲੇ 8 ਸਾਲ ਤੋਂ ਟ੍ਰੇਨਿੰਗ ਲੈ ਰਹੀ ਸੀ ਦੀ ਓਕੇ ਤੇ ਰਜਨੀਜੀ ਇਹ ਦੱਸੋ ਕਿ ਜਿਹੜਾ ਇਹ ਸਪੋਰਟਸ ਹੈ ਬੇਸਿਕਲੀ ਇਹਦੇ ਵਿੱਚ ਜਦੋਂ ਜਿਹੜਾ ਇਹ ਕੱਪੜੇ ਹਨ ਹਨਾ ਉਸ ਨੂੰ ਲੈ ਕੇ ਕਾਫੀ ਲੋਕਾਂ ਦੀਆਂ ਧਾਰਨਾਵਾਂ ਲੱਗ ਹਨ ਜੀ ਜਿਸ ਸੋਸਾਇਟੀ ਜੇ ਤੁਸੀਂ ਰਹਿੰਦੇ ਹੋ ਜਾਂ ਉੱਥੇ ਵੀ ਕਈ ਵਾਰੀ ਲੋਕ ਤੁਹਾਡੇ ਨਾਲ ਵੀ ਆਬਵੀਅਸ ਹੈ ਕੁਝ ਗੱਲਾਂ ਹੁੰਦੀਆਂ ਹੋਣਗੀਆਂ ਕਦੀ ਤੁਹਾਨੂੰ ਇਹ ਚੀਜ਼ਾਂ ਨੂੰ ਲੈ ਕੇ ਵੀ ਹੈਜ਼ਿਟੇਸ਼ਨ ਹੋਈ ਜਾਂ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਹਾਲਾਂਕਿ ਅਸੀਂ ਹੁਣ ਗਲੋਬਲ ਵਿਲੇਜ ਹੈਗਾ ਹਾਲਾਂਕਿ ਪੂਰੇ ਵਰਲਡ ਦੇ ਵਿੱਚ ਹਨਾ ਸਾਰੇ ਆnde ਜਾਂਦੇ ਹੈਗੇ ਨੇ ਪਹਿਲਾਂ ਤਾਂ ਵਿਦੇਸ਼ ਜਾਣਾ ਵੀ ਔਖਾ ਹੁੰਦਾ ਸੀ ਅੱਜ ਕੱਲ ਸਾਰੇ ਘੁੰਮਦੇ ਹੈਗੇ ਨੇ ਕੰਪੀਟੀਸ਼ਨ ਬਾਹਰ ਜਾਂਦੇ ਹੈਗੇ ਨੇ ਇਹ ਚੀਜ਼ਾਂ ਨੂੰ ਲੈ ਕੇ ਵੀ ਤੁਹਾਨੂੰ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਅਮ ਦੇਖੋ ਜੇ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਮੂਤੇ ਦਾ ਕੋਈ ਕੁਝ ਨਹੀਂ ਬੋਲਦਾ ਪਰ ਤੁਹਾਨੂੰ ਪਿੱਛੋਂ ਦੀ ਤਾਂ ਪਤਾ ਲੱਗ ਜਾਂਦੀਆਂ ਗੱਲਾਂ ਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਹੁਣ ਕੀ ਜ਼ਰੂਰਤ ਸੀ ਮੇਜਰਲੀ ਹੁਣ ਜ਼ਰੂਰਤ ਕੀ ਸੀ ਲੋਕਾਂ ਨੂੰ ਇਹ ਲੱਗਦਾ ਹੈ ਕਿ ਤੁਸੀਂ ਪੜ੍ਹਾਈ ਕੀਤੀ ਤੁਹਾਨੂੰ ਜੌਬ ਮਿਲ ਗਈ ਸਰਕਾਰੀ ਨੌਕਰੀ ਹੈ ਵਿਆਹ ਹੋਏ ਹੋ ਬੱਚਾ ਹੈਗਾ ਸੈਟਲ ਲਾਈਫ ਹੈ ਵਾਈਡ ਯੂ ਵਾਂਟ ਟੂ ਡੂ ਅ ਸਪੋਰਟ ਜਸਟ ਬਿਕਨੀ ਪਾਨੀ ਹੈ ਪਰ ਤੁਹਾਡੇ ਇੰਟਰਸਟ ਦੀ ਗੱਲ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਨਾਰਮਲੀ ਦੇਖੋਗੇ ਤਾਂ ਮੁੰਡੇ ਵੀ ਤਾਂ ਉੱਥੇ ਟਰੰਕਸ ਤੇ ਫਰੈਂਚੀਆਂ ਚ ਹੁੰਦੇ ਨੇ

ਤੇ ਹਸਬੈਂਡ ਨੇ ਕਿਸ ਤਰੀਕੇ ਨਾਲ ਮੋਟੀਵੇਟ ਕਰਦੇ ਨੇ ਜਾਂ ਘਰ ਦੇ ਵਿੱਚ ਕਦੀ 19 21 ਤਾਂ ਨਹੀਂ ਹੋਈ ਕਿ ਨਹੀਂ ਇਹ ਚੀਜ਼ ਨਹੀਂ ਕਰਨੀ ਕੀ ਲੋੜ ਹੈ ਹੁਣ ਜਿਵੇਂ ਤੁਸੀਂ ਦੱਸ ਹੀ ਰਹੇ ਹੋ ਨਹੀਂ ਇਨੀਸ਼ੀਅਲੀ ਉਹਨਾਂ ਨੂੰ ਲੱਗਦਾ ਸੀਗਾ ਕਿ ਜਦੋਂ ਮੈਂ ਆਪਣਾ ਫਰਸਟ ਕੰਪੀਟੀਸ਼ਨ ਕੀਤਾ ਤਾਂ ਉਹਨਾਂ ਨੇ ਮੈਨੂੰ ਮੇਰੀ ਬਿਕਨੀ ਵਾਲੀ ਫੋਟੋ ਪੋਸਟ ਨਹੀਂ ਕਰਨ ਦਿੱਤੀ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਤੂੰ ਜਿਹੜਾ ਰੋਪ ਪਾ ਕੇ ਵਾਲੀ ਫੋਟੋ ਸੀ ਨਾ ਉਹ ਪੋਸਟ ਕਰ ਲੈ ਕਿ ਪਤਾ ਨਹੀਂ ਲੋਕੀ ਕੀ ਸੋਚਦੇ ਆ ਆਪਾਂ ਸਰਕਾਰੀ ਡਿਪਾਰਟਮੈਂਟਾਂ ਲੋਕਾਂ ਦੀ ਸੋਚ ਛੋਟੀ ਹੁੰਦੀ ਹੈ ਸਰਕਾਰ ਚ ਤੇ मैं उदो मैं नहीं दिसंबर के कॉम्पीटिशन पोस्ट की मैंने भी लगा कि हाँ क्योंकि जो दो मैं ऑफिस गई लो लो अच्छा, तो लोगों के एक्सप्रैशन कि अच्छा तू उ बिकनी पाई फोटो दिखा फोटो दिखाता देवर नॉट क्यूरीअस टू नो कि मैं की किया देवर जस्ट क्यूरीअस टू नो कि मैं बिकनी च लग रही थी क्योंकि मैं इतने सूच देख रहे ऑफिस उ मैं किसी तो मैं पोस्ट नहीं की पर इस वारी जो मैं गोल्ड जीती मैं सोच के पा पोस्ट की अगर मैं छोटे तबके की सोचू लैके चलागी तो शायद जो बाकी कुड़ियाँ कुछ करना चाहिए वह कद नहीं कर पागियाँ

ਪਹਿਲਾਂ ਹੈਜ਼ਿਟੇਸ਼ਨ ਹੁੰਦੀ ਸੀ ਜਾਂ ਹਸਬੈਂਡ ਤੁਹਾਡੇ ਕਹਿੰਦੇ ਸੀਗੇ ਕਿ ਨਹੀਂ ਸੇਮ ਡਿਪਾਰਟਮੈਂਟ ਹੈ ਜਾਂ ਜਿਹੜੇ ਆਫੀਸਰਜ਼ ਨਾਲ ਇਕੱਠੇ ਬੈਠ ਕੇ ਲੰਚ ਕਰਨਾ ਜਾਂ ਕੁਝ ਹੋਰ ਹਨਾ ਕਈ ਵਾਰੀ ਬੰਦੇ ਨੂੰ ਵੈਸੇ ਓਕਵਰਡ ਫੀਲਿੰਗ ਆਉਂਦੀ ਹੈ ਵੀ ਸਾਹਮਣੇ ਵਾਲਾ ਬੰਦਾ ਕਿਸ ਤਰੀਕੇ ਨਾਲ ਦੇਖ ਰਿਹਾ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਪ੍ਰੋਬਲਮਸ ਆਏ ਵੀ ਫੇਸ ਕਰਨੀਆਂ ਪਈਆਂ ਕਦੀ ਤੁਹਾਨੂੰ ਨਹੀਂ ਐਦਾਂ ਮੈਂ ਮੈਂ ਦੱਸਿਆ ਫੇਸ ਤੇ ਕੋਈ ਕੁਝ ਬੋਲਦਾ ਹੀ ਨਹੀਂ ਹੈ ਵੈਸੇ ਵੀ ਮੈਨੂੰ ਲੱਗਦਾ ਹੈ ਸ਼ਾਇਦ ਆਪਾਂ ਚੰਡੀਗੜ੍ਹ ਸਾਈਡ ਆ ਇੱਥੇ ਸੋਚ ਹਲੇ ਫੇਰ ਵੀ ਲੋਕਾਂ ਦੀ ਬਹੁਤ ਮਾਡਰਨ ਹੈ ਕੋਈ ਕੁਝ ਬੋਲਦਾ ਨਹੀਂ ਹੈ ਪਰ ਹਾਂ ਸਮਵੇਅਰ ਕੁਝ ਲੋਕ ਹੁੰਦੇ ਆ ਜਿਨ੍ਹਾਂ ਦੇ ਦਿਮਾਗ ਚ ਗਲ ਹੁੰਦੀ ਹੈ ਕਿ ਕਿਉਂ ਪਾ ਰਿਆ ਹੈ ਬਹੁਤ ਘੱਟ ਕੱਪੜੇ ਹੈ ਬੱਚੀ ਛੋਟੀ ਹੈ ਕਲੋ ਕੀ ਸੋਚੇਗੀ ਮੈਂ ਬਹੁਤ ਖੁਸ਼ ਹੋਵਾਂਗੀ ਕੱਲ ਅਗਰ ਮੇਰੀ ਬੇਟੀ ਇਹ ਕਹੇਗੀ ਕਿ ਮੈਂ ਬਿਕਨੀ ਐਥਲੀਟ ਬੰਨਾ ਹੈ ਜਾਂ ਮੈਂ weight lifting power lifting ਵੱਲ ਜਾਣਾ ਚਾਹੁੰਦੀ ਆ ਮੈਨੂੰ ਬਹੁਤ ਖੁਸ਼ੀ ਹੋਏਗੀ ਇਸ ਚੀਜ਼ ਲਈ ਹਮ ਅੱਛਾ ਰਜਨੀਜੀ ਇਹ ਦੱਸੋ ਜਿਵੇਂ ਤੁਸੀਂ ਇਹ ਸਪੋਰਟਸ ਕਰ ਰਹੇ ਹੋ ਜ਼ਿਆਦਾਤਰ ਇਸ ਕੈਟਾਗਰੀ ਦੇ ਵਿੱਚ ਪ੍ਰਾਈਵੇਟ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਕੰਪੀਟੀਸ਼ਨ ਕਰਵਾਉਂਦੀਆਂ ਹੈਗੀਆਂ ਨੇ ਵਿਦੇਸ਼ਾਂ ਦੇ ਵਿੱਚ ਵੀ ਕੰਪੀਟੀਸ਼ਨ ਹੁੰਦੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਇਹ ਜੀ ਐਥਲੀਟ ਹੈਗੀਆਂ ਨੇ ਜਿਹੜੀਆਂ ਇਹ ਕੰਪੀਟੀਸ਼ਨ ਖੇਡਦੀਆਂ ਹਨ ਪਰ ਸਰਕਾਰੀ ਮੁਲਾਜ਼ਮ ਜਾਂ ਸਾਡੀ ਸਪੋਰਟਸ ਮਿਨਿਸਟਰੀ ਜਿਹੜੀ ਹੈਗੀ ਆ ਉਹਨਾਂ ਦੀਆਂ ਜਿਹੜੀਆਂ ਬਾਡੀਜ਼ ਹੈਗੀਆਂ ਨੇ ਉਸ ਦੇ ਵਿੱਚ ਕੀ ਫੀਮੇਲ ਐਥਲੀਟ ਜੇਕਰ ਬੋਡੀ ਬਿਲਡਿੰਗ ਕੰਪੀਟੀਸ਼ਨ 'ਚ ਜਾਣਾ ਚਾਹੇ ਉਹਨਾਂ ਲਈ ਰਾ ਪੱਧਰੇ ਹਨ ਜਾਂ ਦਿੱਕਤਾਂ ਹਨ ਉਹ ਇੱਕ ਗਵਰਨਮੈਂਟ এমਪਲੋਇਜ਼ ਲਈ ਸਿਵਲ ਸਰਵਿਸ ਡਿਪਾਰਟਮੈਂਟ ਦੇ ਸਪੋਰਟਸ ਦੇ ਨੇ ਸਾਡੀ ਗਵਰਨਮੈਂਟ ਆਫ ਇੰਡੀਆ ਦੇ ਉਹ ਆਰਗੇਨਾਈਜ਼ ਕਰਵਾਂਦੇ ਐ ਪਰ ਉਹ ਸਿਰਫ ਬਾਡੀ ਬਿਲਡਿੰਗ ਚ ਮੇਲ ਕੈਟਾਗਰੀ ਹੈ ਫੀਮੇਲ ਕੈਟਾਗਰੀ ਨਹੀਂ ਹੈ ਉਹ ਜਦੋਂ ਵੀ ਲੈਟਰ ਆਂਦੀ ਹੈ ਉਹਨਾਂ ਦੀ ਟੀਮ ਲਈ ਉਸ ਹਮੇਸ਼ਾ ਮੇਲ weight ਮੇਲ ਕੈਟਾਗਰੀ ਮੇਲ ਹਾਈਟ ਹੁੰਦੀ ਹੈ ਇਸ ਸਾਲ ਮੈਂ ਸੋਚਿਆ ਰਾਈਟ देम ਕਿ ਫੀਮੇਲ ਕੈਟਾਗਰੀ ਐਡ ਕਰਨੀ ਚਾਹੀਦੀ ਹੈ ਕਿਉਂਕਿ ਹੋ ਸਕਦਾ ਹੈ ਹੋਰ ਸਟੇਟਸ ਦੇ ਵਿੱਚ ਵੀ ਫੀਮੇਲ এমਪਲੋਇਜ਼ ਹੋਣ ਗਿਆ ਜੋ ਬਾਡੀ ਬਿਲਡਿੰਗ ਕਰਦੀਆਂ ਹੋਣ ਗਿਆ ਹੂੰ ਤਾਂ ਉਹਨਾਂ ਨੂੰ ਵੀ ਮਿਲੇਗਾ ਅਸੀਂ ਵੀ ਹੋਰ ਸਟੇਟ ਦੇ এম ਮੈਂ ਉਸ ਕੰਪੀਟੀਸ਼ਨ ਚ ਇਸ ਸਾਲ ਜਨਵਰੀ ਦੇ ਵਿੱਚ ਪਾਵਰ ਲਿਫਟਿੰਗ ਚ ਪਾਰਟਿਸਿਪੇਟ ਕੀਤਾ ਸੀ ਕਿਉਂਕਿ ਬੋਡੀ ਬਿਲਡਿੰਗ ਚ ਨਹੀਂ ਸੀ ਉਹਨਾਂ ਦਾ ਤੇ ਉੱਥੇ ਇੰਨੀ ਸਾਰੀ ਸਟੇਟਸ ਦੇ EMPLOYEES ਆਉਂਦੇ ਆ ਉਹ ਐਥਲੀਟਸ ਨੇ ਤੁਸੀਂ ਉਹਨਾਂ ਨੂੰ ਮਿਲਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਉਹਨਾਂ ਦੇ ਉੱਤੇ ਟ੍ਰੇਨਿੰਗ ਕਿੱਦਾਂ ਚੱਲ ਰਹੀ ਹੈ ਇਸੇ ਤਰੀਕੇ ਨਾਲ ਜੇ ਉਹ ਬੋਡੀ ਬਿਲਡਿੰਗ ਚ ਵੀ ਫੀਮੇਲ ਕੈਟਾਗਰੀ ਐਡ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਐਨੇ ਇੰਡੀਆ ਦੀ ਪੋਪੂਲੇਸ਼ਨ ਚ ਜ਼ਰੂਰ 10 ਤੋਂ 15 ਕੁੜੀਆਂ ਦਾ ਪੱਕਾ ਨਿਕਲਣੀਆਂ ਜਿਓ ਗਵਰਨਮੈਂਟ EMPLOYE ਹੋਣਗੀਆਂ ਮਤਲਬ ਸਰਕਾਰੀ ਮੈਗਨੇਟ ਦੇ ਵਿੱਚ ਸਿਰਫ ਮੇਲ ਹੀ ਬੋਡੀ ਬਿਲਡਿੰਗ ਕੰਪੀਟੀਸ਼ਨ ਖੇਡ ਸਕਦੇ ਨੇ ਜਿਹੜੀ ਤੁਹਾਡੀ ਬੋਡੀ ਹੈਗੀ ਆ ਤੇ ਇਸ ਬਾਬਤ ਫਿਰ ਤੁਸੀਂ ਮੀਤ ਹੇਰ ਹੋਣਾਂ ਨਾਲ ਜਾਂ ਕਿਸੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਚੀਜ਼ ਹੋਵੇ ਜਾਂ ਤੁਸੀਂ ਉਹਨਾਂ ਨੂੰ ਰਿਟਰਨ ਦੇ ਵਿੱਚ ਕੁਝ ਲਿਖੋ ਕੀ ਕਰੋ ਹੱਲੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਬਟ ਡੈਫੀਨੇਟਲੀ ਆਮ ਪਲਾਨਿੰਗ ਕਿ ਮੈਂ ਇਸ ਬਾਰੇ ਕਰਾਂ ਕਿਉਂਕਿ ਇਹਨਾਂ ਦਾ ਜੋ ਇਹ ਕੰਪੀਟੀਸ਼ਨਸ ਹੁੰਦੇ ਆ ਯੂਜੂਲੀ ਸਾਲ ਫਰਸਟ ਮੰਥ ਆਫ ইয়ার ਚੁੰਦੇ ਆ ਜਨਵਰੀ ਦਾ ਨੈਕਸਟ ইয়ার ਜਨਵਰੀ ਚ ਹੁੰਨ ਹੋਣਗੇ ਆਮ ਪਲੈਨਿੰਗ ਕਿ ਆਈ ਸ਼ੁੱਡ ਟਾਕ ਟੂ ਥੇਮ ਕਿ ਇਸਵਰੀ ਹੋਣੀ ਚਾਹੀਦੀਆਂ ਫੀਮੇਲ ਕੈਟਾਗਰੀ ਐਡਿਟ ਓਕੇ ਤੇ ਅ ਕਦੀ ਤੁਹਾਨੂੰ ਦਿੱਕਤ ਨਹੀਂ ਆਈ ਜਾਂ ਜਿਸ ਤਰੀਕੇ ਨਾਲ ਤੁਸੀਂ ਫੂਡ ਇਨਸਪੈਕਟਰ ਨੂੰ ਤੁਹਾਨੂੰ ਇਨਸਪੈਕਸ਼ਨ ਤੇ ਵੀ ਜਾਣਾ ਪੈਂਦਾ ਹੋਣਾ ਫਾਈਲ ਵਰਕ ਬਹੁਤ ਜ਼ਿਆਦਾ ਹੁੰਦਾ ਹੈਗਾ ਖਾਸ ਕਰ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਇਹੋ ਜਿਹੇ ਕੇਸਸ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਬਰੀਕੀ ਨਾਲ ਕੰਮ ਕਰਨਾ ਪੈਂਦਾ ਹੋਏਗਾ ਤਾਂ ਮਤਲਬ ਟਾਈਮ ਮੈਨੇਜ ਕਿਵੇਂ ਕਰਦੇ ਹੋ ਫੈਮਿਲੀ ਵੀ ਦੇਖਣੀ ਹੈ ਬੱਚੇ ਨੂੰ ਵੀ ਦੇਖਣਾ ਹੈ ਨਾਲ ਤੁਸੀਂ ਆਪਣਾ ਹੁਣ ਜਨੂਨ ਤੋਂ ਪੈਸ਼ਨ ਬਣ ਗਿਆ ਬੋਡੀ ਬਿਲਡਿੰਗ ਉੱਧਰ ਨੂੰ ਵੀ ਤੁਸੀਂ ਫੋਕਸ ਕਰਨਾ ਇਨੀਸ਼ੀਅਲੀ ਜਦੋਂ ਮੈਂ ਸਟਾਰਟ ਕੀਤਾ ਸੀ ਹਾਂ ਪ੍ਰੋਬਲਮ ਆਉਂਦੀ ਸੀ ਕਿ 9 ਤੋਂ 5 ਕਿਉਂਕਿ ਸਿਟਿੰਗ ਜੌਬ ਹੈ ਸਾਡੀ ਅਸੀਂ ਸਾਰਾ ਟਾਈਮ ਉੱਥੇ ਦਿਮਾਗੀ ਕੰਮ ਕਰਨਾ ਹੁੰਦਾ ਹੈ 3-4 ਵਜੇ ਤੱਕ ਥੱਕ ਵੀ ਜਾਂਦੇ ਹੁੰਦੇ ਸੀਗੇ ਕਿ ਸਵੇਰੇ ਵਰਕਆਊਟ ਕੀਤਾ ਕਿ ਮੈਂ ਜਿਮ ਮਾਰਨਿੰਗ ਕਰਦੀ ਆ ਫਿਰ ਮੈਂ ਆਪਣਾ ਇੱਕ ਰੂਟੀਨ ਪਲਾਨ ਕੀਤਾ ਹੈ ਕਿ ਮੈਂ ਸਵੇਰੇ 4 ਵਜੇ ਉੱਠਦੀ ਆ ਆਈ ਜਸਟ ਮੇਕ ਮਾਈ ਬ੍ਰੇਕਫਾਸਟ ਮੇਰੀ ਮੀਲਸ ਫੈਮਿਲੀ ਦੀ ਮੀਲ ਸਾਰਾ ਕੁਝ ਪੈਕ ਕਰਕੇ ਮੈਂ 5:30 ਜਿਮ ਜਾਂਦੀ ਆ 8:00 ਕਲॉक ਆਇ ਕਮ ਬੈਕ ਮੈਂ ਆਪਣੀ ਬੇਟੀ ਨੂੰ ਰੈਡੀ ਕਰਦੀ ਆ ਉਹਨੂੰ ਸਕੂਲ ਦੈਨ 5 ਵਜੇ ਤੋਂ ਬਾਅਦ ਦਾ ਟਾਈਮ ਮੇਰਾ ਬੇਟੀ ਦਾ ਹੁੰਦਾ ਹੈ ਕਿ ਮੈਂ 5 ਤੋਂ 5:30 ਕਰਿਆਈ ਤਾਂ 7 ਵਜੇ ਤੱਕ ਆਈ ਜਸ ਬੀ ਵੀਦਰ ਨੂੰ ਪੜਾਉਣਾ ਉਹਨੂੰ پارک ਲੈ ਕੇ ਜਾਣਾ ਡਿਨਰ ਐਂਡ ਸੋ ਜਾਣਾ ਹਸਬੰਡ ਉਹ ਕੀ ਕਰ ਦਿੰਦੇ ਹੈ ਹਸਬੰਡ ਉਹ ਡਿਨਰ ਵਾਲੇ ਟਾਈਮ ਚ ਅਕਾਮੋਡੇਟ ਹੋ ਜਾਂਦੇ ਹੈ ਕਿਉਂਕਿ ਬੇਟੀ ਨੂੰ ਹਸਬੰਡ ਯੂਜੂਲੀ ਮੇਰੇ ਥੋੜਾ ਆਫਿਸ ਤੋਂ ਲੇਟ ਆਉਂਦੇ ਹੈ 6-7 ਵਜੇ ਤੱਕ ਉਹਨਾਂ ਦੀ ਸੀਟ ਹੈਵੀ ਹੈ ਥੋੜੀ ਉਹ ਜਦੋਂ ਤੱਕ ਆਉਂਦੇ ਹੈ ਅਸੀਂ ਮੈਂ ਤੇ ਮੇਰੀ ਬੇਟੀ ਅਸੀਂ پارک ਚੋਂ ਆ ਜੰਨੇ ਵਾਪਸ ਉਹ پارک ਚ ਖੇਡ ਲੈਂਦੀ ਹੈ ਮੈਂ ਕਾਰਡੀਓ ਕਰ ਲੈਂਦੀ ਹਾਂ ਉੱਥੇ ਵਾਕ ਕਰ ਲੈਂਦੀ ਹਾਂ ਆਪਣਾ ਕਵਰ ਤੇ ਦਿਨ ਅਸੀਂ ਆਂਦੇ ਆ ਫਿਰ ਡਿਨਰ ਇਕੱਠੇ ਕਰਦੇ ਆ ਉਹ ਟਾਈਮ 'ਚ ਸੀ ਐਂਡ ਆਫਿਸ 'ਤੇ ਆਉਂਦਾ ਫਾਇਦਾ ਸੀ ਲੰਚ ਇਕੱਠੇ ਕਰ ਲੈਨੇ ਆ ਬਾਕੀ ਜੋ ਗੱਲਾਂ ਬੇਟੀ ਦੇ ਹੁੰਦੇ ਨਹੀਂ ਉਹ ਪਾਉਂਦੀਆਂ ਸੀ ਆਫਿਸ ਟਾਈਮ 'ਚ ਕਰ ਲੈਨੇ ਆ ਡਿਸਕਸ ਓਕੇ ਤਾਂ ਉਹ ਸਾਡਾ ਗੁੱਡ ਪਾਰਟ ਹੈ ਜੀ ਅੱਛਾ ਰਜਨੀਜੀ ਹੁਣ ਇਹ ਹੋਇਆ ਤੁਹਾਡੇ ਨਾਲ ਜਦੋਂ ਤੁਸੀਂ ਇਹ 골ਡ ਮੈਡਲ ਲੈ ਕੇ ਆਏ ਹੋ ਕਿਸੇ ਆਫੀਸਰ ਨੇ ਕਿਹਾ ਹੋਣਾ ਕਿ ਮੇਰੀ ਵਾਈਫ ਨੂੰ ਵੀ ਥੋੜਾ ਜਿਹਾ ਮੋਟੀਵੇਟ ਕਰੋ ਉਹਨਾਂ ਨੂੰ ਵੀ ਜਿਮ ਨਾਲ ਲੈ ਕੇ ਜਾਇਆ ਕਰੋ ਕੁਝ ਐਦਾਂ ਦੇ ਮੈਸੇਜ ਕੋ ਲਾਂ ਲੱਗੇ ਨੇ ਹੁਣ ਜਾਂ ਹਾਇਰ ਅਥਾਰਟिटीज ਚੋਂ ਕੁਝ ਬੰਦੇ ਐਪਰੀਸ਼ੀਏਟ ਵੀ ਕਰਦੇ ਹੋਣਗੇ ਕਿ ਨਹੀਂ ਇਹ ਕੰਟੀਨਿਊ ਕਰੋ ਮੇਰੇ ਆਪਣੇ ਆਫੀਸਰ ਨੇ ਸ਼ੀ ਐਪਰੀਸ਼ੀਏਟਡ ਮੀ ਸੁਵੀਤੀ ਦੇਵਗਨ ਮੈਮ ਨੇ ਮੇਰੇ ਆਫੀਸਰ ਉਹਨਾਂ ਨੇ ਸ਼ੀ ਐਪਰੀਸ਼ੀਏਟਡ ਮੀ ਉਹ ਕਾਫੀ ਅچھے ਉਹਨਾਂ ਨੇ ਮੇ ਨਾਲ ਗੱਲ ਕੀਤੀ ਤੇ ਸਭ ਕੁਝ ਹਾਂ ਮੇਰੇ ਨਾਲ ਦੇ ਕਲੀਕਸ ਉਹ ਜ਼ਰੂਰ ਕਹਿੰਦੇ ਆ ਡਾਈਟ ਪਲਾਨ ਬਣਾ ਦੇ ਥੋੜੀ ਜੀ ਹੈਲਪ ਕਰ ਦੇ ਸਾਨੂੰ ਵੀ ਕਰ ਦੇ ਬਟ ਬੈਸਟ ਪਾਰਟ ਇਜ਼ ਕਿ ਮੈਨੂੰ ਮੇਰੇ ਨਾਲ ਦੇ ਕੁਝ ਕਲੀਕਸ ਨੇ ਕਿਹਾ ਜੋ ਉਹਨਾਂ ਦੀ ਉਹਨਾਂ ਨੇ ਆਪਣੀ ਬੇਟੀਆਂ ਨੂੰ ਮੇਰੇ ਇੰਟਰਵਿਊ ਦਿਖਾਇਆ ਪਿਛਲੇ ਇੱਕ ਮਿੰਟ ਇੰਟਰਵਿਊ ਦਿੱਤਾ ਸੀ ਉਹ ਆਇਆ ਤਾਂ ਦੇ ਵਰ ਲਾਈਕ ਕਿ ਸਾਡੀ ਬੇਟੀਆਂ ਬਹੁਤ ਖੁਸ਼ ਫੀਲ ਕਰਦੀਆਂ ਐਂਡ ਉਹਨਾਂ ਦੇ ਬੱਚੇ ਦੇ ਸਟਾਰਟਡ ਫਾਲੋਇੰਗ ਮੀ ਔਨ ਇੰਸਟਾਗ੍ਰam ਜੋ ਮੈਨੂੰ ਲੱਗਾ ਕਿ ਤੁਸੀਂ ਉਹਨਾਂ ਨੂੰ ਮਨਾ ਨਹੀਂ ਕੀਤਾ ਇਟਸ ਨਾਟ ਅ ਬੈਡ ਸਪੋਰਟ ਉਤਨ ਨੂੰ ਬਿਕ ਨਹੀਂ ਪਾਣੀ ਪੀਗੀ ਬਟ ਤੁਸੀਂ ਆਪਣੇ ਬੱਚੇ ਨੂੰ ਮੇਰਾ ਇੰਟਰਵਿਊ ਦਿਖਾਇਆ ਮੇਰੇ ਕੰਪੀਟੀਸ਼ਨ ਜਾਂ ਫੋਟੋਜ਼ ਵੀਡੀਓਜ਼ ਦਿਖਾਈਆਂ ਤੇ ਤੁਹਾਡੀਆਂ ਬੇਟੀਆਂ ਮੈਨੂੰ ਫੋਲੋ ਕਰ ਰਹੀਆਂ ਉਹ ਮੈਨੂੰ ਐਦਾ ਲੱਗਾ ਕਿ ਇਫ ਮੈਂ ਦੋ ਬੰਦਿਆਂ ਨੂੰ ਵੀ ਇਨਸਪਾਇਰ ਕਰ ਪਾਈ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੋਏਗੀ ਤੇ ਹੁਣ ਅਗਲਾ ਪਲਾਨ ਕੀ ਤੁਸੀਂ ਸੋਚਿਆ ਹੋਇਆ ਹੈਗਾ ਕਿ ਚਲੋ ਮਿਸ ਚੰਡੀਗੜ੍ਹ ਦਾ ਜਿਹੜਾ ਇਹ 골ਡ ਮੈਡਲ ਜਿਹੜਾ ਹੈਗਾ ਬੋਡੀ ਬਿਲਡਿੰਗ ਦੇ ਵਿੱਚ ਤੁਸੀਂ ਉਹ ਖਿਤਾਬ ਜਿੱਤਿਆ ਹੈਗਾ ਅਗਲਾ ਕੋਈ ਟੀਚਾ ਹੁਣ ਰੱਖਿਆ ਹੈਗਾ ਜਾਂ ਸੀਨੀਅਰ ਆਫੀਸਰਸ ਵੀ ਕੁਝ ਦੱਸਦੇ ਹੋਣਗੇ ਕਿ ਨਹੀਂ ਤੁਸੀਂ ਇਹ ਵੀ ਪਲਾਨ ਕਰੋ ਜਾਂ ਆਪਾਂ ਅੱਗੇ ਜੇ ਪਰਮਿਸ਼ਨ ਲੈਣ ਦੀ ਲੋੜ ਪਈ ਸਰਕਾਰ ਤੋਂ ਜਾਂ ਕਿਸੇ ਵੀ ਲੈਵਲ ਤੇ ਵੀ ਉਹ ਵੀ ਤੁਹਾਨੂੰ ਕਰਾਵਾਂਗੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਆਫੀਸਰ ਹੋਣ ਦੇ ਨਾਤੇ ਤੁਸੀਂ ਕੰਪੀਟੀਸ਼ਨ ਖੇੜ ਹੀ ਨਹੀਂ ਸਕਦੇ ਹਾਲਾਂਕਿ ਚੰਡੀਗੜ੍ਹ ਦੀ ਜੇਕਰ ਆਪਾਂ ਗੱਲ ਕਰੀਏ ਪੁਲਿਸ ਵਿਭਾਗ ਦੇ ਵਿੱਚ ਬਹੁਤ ਸਾਰੇ ਪੁਲਿਸ ਆਫੀਸਰ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਬੋਡੀ ਬਿਲਡਿੰਗ ਕੰਪੀਟੀਸ਼ਨ ਉੱਥੋਂ ਵੀ ਮੈਡਲ ਜਿੱਤ ਕੇ ਆਉਂਦੇ ਨੇ ਤਾਂ ਮਤਲਬ ਫੀਮੇਲਸ ਲਈ ਵੀ ਜਿਹੜਾ ਰਾਹ ਪੱਧਰਾ ਹੋਵੇ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਕਿ ਉਹ ਕੈਟਾਗਰੀ ਸਰਕਾਰ ਨੂੰ ਬਣਾਣੀ ਚਾਹੀਦੀ ਹੈਗੀ ਹੈ ਕੁਝ ਇਸ ਚੀਜ਼ ਨੂੰ ਲੈ ਕੇ ਤੁਹਾਡੇ ਆਫੀਸਰਜ਼ ਨਾਲ ਵੀ ਗੱਲਬਾਤ ਹੋਈ ਕਿ ਇਹ ਸਰਕਾਰ ਤਾਂ ਗੱਲ ਪਹੁੰਚਾਓ ਮੈਂ ਮੈਂ ਇਸ ਬਾਰੇ ਹਲੇ ਵੈਸੇ ਗੱਲ ਕੀਤੀ ਨਹੀਂ ਹੈ ਬਟ ਆਵ ਪਲਾਨਡ ਕਿ ਮੈਂ ਚਾਹਨੀ ਆ ਕਿ ਹੋਵੇ ਜਿਹੜਾ ਇਹ ਕੰਪੀਟੀਸ਼ਨ ਆਰਗੇਨਾਈਜ਼ ਹੁੰਦਾ ਹੈ ਗਵਰਨਮੈਂਟ ਆਫ ਇੰਡੀਆ ਦਾ ਉਸ ਬਾਰੇ ਮੈਂ ਡੈਫੀਨਿਟਲੀ ਮੈਂ ਰਿਟਰਨ ਲੈਟਰਲ ਅਪੀਲ ਦਮ ਕੇ ਕਰਨ ਐਡ ਕੈਟਾਗਰੀ ਬਟ ਨੈਕਸਟ ਮੈਂ ਇਹ ਸੋਚਿਆ ਹੈ ਕਿ ਜੋ ਮੇਰਾ ਇਹ ਹੁਣ ਮਿਸ ਚੰਡੀਗੜ੍ਹ ਵਾਲਾ ਹੋਇਆ ਕੰਪੀਟੀਸ਼ਨ ਆਈਬੀਬੀਐਫ ਦਾ ਇਸ ਦਾ ਫੈਡਰੇਸ਼ਨ ਕੱਪ ਹੈ 14th ਤੇ 15th ਅਪ੍ਰੈਲ ਨੂੰ ਉਤਰਾਖੰਡ ਤੇ ਮੈਂ ਉਸਪਾਟਿਸਪੀਟ ਕਰਾਂਗੀ ਕਿਉਂਕਿ ਉਹ ਨੈਸ਼ਨਲ ਲੈਵਲ ਦਾ ਉੱਤੇ ਸਾਰੇ ਸਟੇਟਸ ਦੇ ਜੋ ਵਿਨਰਸ ਹੁੰਦੇ ਆ ਉਹ ਆ ਕੇ ਕੰਪੀਟ ਕਰਦੇ ਆ ਫॉर ਨੈਸ਼ਨਲ ਪੋਜੀਸ਼ਨ ਅੱਛਾ ਕਦੀ ਡਿਪਾਰਟਮੈਂਟ ਦੇ ਵਿੱਚ ਦਿੱਕਤ ਤਾਂ ਨਹੀਂ ਆਈ ਕਿ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਉੱਤਰਾਖੰਡ ਜਾਣਾ ਕੰਪੀਟੀਸ਼ਨ ਵਰਕ ਲੋਡ ਵੀ ਹੋਏਗਾ ਮਤਲਬ ਇਹ ਚੀਜ਼ਾਂ ਕਿਵੇਂ ਮੈਨੇਜ ਕਰਦੇ ਹੋ ਜਾਂ ਆਫੀਸਰ ਸਪੋਰਟਿਵ ਨੇ ਕਿ ਨਹੀਂ ਤੁਸੀਂ ਕਰੋ ਅਸੀਂ ਨਾਲ ਹੈਗੇ ਹਾਂ ਹਾਂ ਮੇਰੇ ਆਫੀਸਰ ਬਹੁਤ ਸਪੋਰਟਿਵ ਨੇ ਉਹ ਮੇਰੀ ਛੁੱਟੀ ਬੜੀ ਜਲਦੀ ਅਪਰੂਵ ਕਰ ਦਿੰਦੇ ਆ ਮੈਂ ਯੂਜ਼ੂਲੀ ਲਾਸਟ ਵੀਕ ਦੀ ਹਮੇਸ਼ਾ ਕੰਪੀਟੀਸ਼ਨ ਤੋਂ ਪਹਿਲਾਂ ਛੁੱਟੀ ਲੈਣੀਆਂ ਕਿਉਂਕਿ ਤੁਸੀਂ ਥੋੜੇ ਲੋ ਕਾਰਬਸ ਤੇ ਉਹਨੇ ਉਹ ਡਾਈਟ ਕੱਟ ਜਾਂਦੀ ਹੈ ਵਰਕਆਊਟ ਵੱਜ ਜਾਂਦਾ ਤਾਂ ਤੁਹਾਡੇ ਚ ਇੰਨੀ એનર્ਜੀ ਨਹੀਂ ਹੁੰਦੀ ਕਿ ਤੁਸੀਂ 8 ਘੰਟੇ ਆਫਿਸ 'ਚ ਬੈਠ ਕੇ ਕੰਮ ਕਰ ਸਕੋ ਤਾਂ ਮੈਂ ਉਹ ਵੀਕ ਆਫ ਲੈਣੀਆਂ ਮੇਰੇ ਮੈਮ ਨੂੰ ਬਹੁਤ ਅੱਛੀ ਤਰ੍ਹਾਂ ਆਫ ਦੇ ਦਿੰਦੇ ਆ ਐਂਡ ਅਗਰ ਕੁਝ ਬਹੁਤ ਅਰਜੈਂਟ ਕੰਮ ਹੋਏ ਤਾਂ ਮੇਰੇ ਨਾਲ ਦੇ ਕਲੀਕਸ ਬਹੁਤ ਕੋਆਪਰੇਟਿਵ ਨੇ ਉਹ ਡੀ ਉਹ ਡੀਲ ਕਰ ਦਿੰਦੇ ਆ ਫ ਹਾਂ ਰੈਗੂਲਰ ਵਰਕ ਹੈ ਜਿਹਦਾ ਕੋਈ ਅਰਜੈਂਸੀ ਨਹੀਂ ਹੈ ਟਾਈਮ ਬਾਉਂਡ ਨਹੀਂ ਹੈ ਉਹ ਮੈਂ ਆਪਣਾ ਜਦੋਂ ਆਫਿਸ ਰੀਜੋਇਨ ਕਰਦੀ ਆ ਮੈਂ ਨਾਲ-ਨਾਲ ਕਵਰ ਕਰ ਲੈਂਦੀ ਆ ਬਟ ਹਾਂ ਕੁਝ ਅਰਜੈਂਟ ਮੈਟਰ ਆ ਜੇ ਕੁਝ ਹੋਰ ਹੋ ਜੇ ਤੱਕ ਮੇਰਾ ਮੇਰੀ ਆਪਣੇ ਨਾਲ ਦੇ ਕੋਆਪਰੇਟਿਵ ਬੋਥ ਨੇ ਆਫਿਸ ਚ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਤਾਂ ਇਹ ਸਨ ਰਜਨੀਤ ਕੌਰ ਜਿਹੜੇ ਚੰਡੀਗੜ੍ਹ ਦੇ ਵਿੱਚ ਬੋਡੀ ਬਿਲਡਿੰਗ ਕੰਪੀਟੀਸ਼ਨ ਦੇ ਵਿੱਚ 골ਡ ਮੈਡਲ ਤਾਂ ਜਿੱਤੇ ਹਨ ਪਰ ਹੁਣ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਸਰਕਾਰੀ ਮੁਲਾਜ਼ਮ ਭਾਵੇਂ ਹਨ ਪਰ ਇਹਨਾਂ ਦੇ ਜੋ ਆਫੀਸਰ ਸਹਿਬਾਨ ਹਨ ਇਹਨਾਂ ਦੇ ਹਾਇਰ ਅਥਾਰਟिटीज ਹਨ ਉਹ ਇਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਹਨ ਪਰ ਰਜਨੀਤ ਕੋਰ ਹੋਣਾ ਨੇ ਇੱਕ ਗੱਲ ਸਾਫ਼ ਤੌਰ ਤੇ ਕਹੀ ਹੈ ਕਿ ਸਰਕਾਰੀ ਮੁਲਾਜ਼ਮ ਜੇਕਰ ਕਿਸੇ ਫੀਮੇਲ ਬੋਡੀ ਬਿਲਡਰ ਨੇ ਕੰਪੀਟੀਸ਼ਨ ਲੜਨਾ ਹੈ ਤਾਂ ਉਹ ਕੈਟਾਗਰੀ ਜਿਹੜੀ ਹੈਗੀ ਹੈ ਨਹੀਂ ਅਵੇਲੇਬਲ ਖਾਲਾ ਕਿ ਮੇਲ ਬੋਡੀ ਬਿਲਡਰ ਜੇਕਰ ਕੋਈ ਕੰਪੀਟੀਸ਼ਨ ਲੜਨਾ ਚਾਹੁੰਦਾ ਹੈ ਉਹਨਾਂ ਦੇ ਲਈ ਕੈਟਾਗਰੀ ਸਰਕਾਰੀ ਮੁਲਾਜ਼ਮਾਂ ਲਈ ਅਵੇਲੇਬਲ ਹੈ ਤਾਂ ਹੁਣ ਇਹ ਸਰਕਾਰ ਨੂੰ ਚਿੱਠੀ ਵੀ ਲਿਖਣਗੇ ਮੰਗ ਕਰਨਗੇ ਕਿ ਜੇਕਰ ਕੋਈ ਸਰਕਾਰੀ ਫੀਵਲ ਮੁਲਾਜ਼ਮ ਬੋਡੀ ਬਿਲਡਿੰਗ ਕੰਪੀਟੀਸ਼ਨ ਲੜਨਾ ਚਾਹੁੰਦੀ ਹੈ ਤਾਂ ਉਹ ਕੈਟਾਗਰੀ ਵੀ ਅਵੇਲੇਬਲ ਕੀਤੀ ਜਾਵੇ ਬਣਾਈ ਜਾਵੇ ਤਾਂ ਜੋ ਲੜਕੀਆਂ ਨੂੰ ਔਰਤਾਂ ਨੂੰ ਹੋਰ ਜਿਹੜਾ ਹੈਗਾ ਮੋਟੀਵੇਟ ਕੀਤਾ ਜਾ ਸਕੇ ਹਾਲਾਂਕਿ ਰਜਨੀਤ ਕੋਰ ਹੋਣਾ ਦੀ ਸਟੋਰੀ ਕਾਫੀ ਮਹਿਲਾਵਾਂ ਨੂੰ ਲੜਕੀਆਂ ਨੂੰ ਪ੍ਰੇਰਿਤ ਕਰ ਰਹੀ ਹੈ ਮੋਟੀਵੇਟ ਕਰ ਰਹੀ ਹੈ ਤੇ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਪਹਿਲਾਂ ਇਹ ਜਦੋਂ ਕੰਪੀਟੀਸ਼ਨ ਲੜਦੇ ਸੀ ਤਾਂ ਲੋਕਾਂ ਦਾ ਨਜ਼ਰੀਆ ਕੁਝ ਹੋਰ ਸੀ ਤਾਂ ਹੁਣ ਜਦੋਂ ਇਹ 골ਡ ਮੈਡਲ ਜਿੱਤੇ ਹਨ ਤਾਂ ਇਹਨਾਂ ਦੇ ਦਫ਼ਤਰ ਦੇ ਵਿੱਚ ਵੀ ਮੁਲਾਜ਼ਮ ਇਹਨਾਂ ਨੂੰ ਹੁਣ ਪੁੱਛਦੇ ਹਨ ਕਿ ਕਿਵੇਂ ਹੈਲਥੀ ਰਹੀਏ ਕਿਸ ਤਰੀਕੇ ਦਾ ਖਾਣ-ਪੀਣ ਜਿਹੜਾ ਹੈਗਾ ਉਹ ਆਪਣਾ ਡਾਈਟ ਸ਼ਡਿਊਲ ਜਿਹੜਾ ਹੈਗਾ ਉਹ ਮੇਨਟੇਨ ਕਰੀਏ ਪਰ ਨਾਲ ਹੀ ਇਹਨਾਂ ਨੇ ਔਂਕੜਾ ਵੀ ਦੱਸਿਆ ਹਨ ਕਿ ਕਿਸ ਤਰੀਕੇ ਦੇ ਨਾਲ ਸੋਸਾਇਟੀ ਦੇ ਵਿੱਚ ਇਹਨਾਂ ਨੂੰ ਕੀ ਕੁਝ ਪਿੱਠ ਪਿੱਛੇ ਜੋ ਬੋਲਦੇ ਹਨ ਲੋਕ ਉਹ ਸੁੰਨਾ ਪਿਆ ਪਰ ਇਹਨਾਂ ਨੇ ਸਿਰਫ ਇੱਕ ਸ਼ੌਂਕ ਨੂੰ ਕਦੋਂ ਆਪਣੇ ਜਨੂਨ ਦੇ ਵਿੱਚ ਬਦਲ ਲਿਆ ਇਹਨਾਂ ਨੂੰ ਖੁਦ ਵੀ ਨਹੀਂ ਪਤਾ ਲੱਗਿਆ ਪਰ ਹੁਣ ਰਜਨੀਤ ਕੋਰ ਹੁਣੀ ਪੂਰੇ ਚੰਡੀਗੜ੍ਹ ਦੇ ਨਾਲ-ਨਾਲ ਇੰਡੀਆ ਦੇ ਵਿੱਚ ਤਮਾਮ ਉਹਨਾਂ ਔਰਤਾਂ ਨੂੰ ਲੜਕੀਆਂ ਨੂੰ ਪ੍ਰੇਰਿਤ ਕਰ ਰਹੇ ਹਨ ਜੋ ਇਸ ਬੋਡੀ ਬਿਲਡਿੰਗ ਕੰਪੀਟੀਸ਼ਨ ਦੇ ਵਿੱਚ ਜਾਂ ਇਸ ਸਪੋਰਟਸ ਦੇ ਵਿੱਚ ਆਣਾ ਚਾਹੁੰਦੀਆਂ ਹਨ ਤਮਾਮ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਜਗਬਣੀ ਟੀਵੀ ਲਈ ਜਗਬਣੀ ਸਟੂਡੀਓ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਵਰੁਣ ਪਟ